कुछ दिनों तो पंजाब दे विच कोरोना दे मरीजां दे विच लगातार वाधा हो रहा है, जिस दे चलदे सख्ती भी की जा रही है। अते इसे दे चलदे अमृतसर पुलिस कमिश्नर दे वल्लों आदेश दिते गए हैं कि अमृतसर दे विच मास्क ना पाउण वाले लोकां विरुद्ध सख्त कार्रवाई की जाए, जिस दे चलदे अमृतसर ए डिवीजन पुलिस वल्लों भंडारी पुल ते नाकाबंदी करके बिना मास्क तो घूम रहे लोकां दा चलान कटिया गया। इत्थे पुलिस अधिकारियों ने गलबात करदिआं दस्सिआ कि उन्हां वल्लों नाका लगा के बिना मास्क तो घूमण वाले लोकां दे चलान कटे जा रहे ने। पुलिस कमिश्नर दीआं हदायतां अनुसार कानून की उलंघना करन वाले लोकां खिलाफ सख्ती नाल एक्शन लिया। होर की जानकारी पुलिस अधिकारी वल्लों सांझी कीती गई, आओ जानते हां। चैकिंग कीती जा रही है तुहाडे वल्लों नाकेबंदी करके, की प्लान है इहदा ते? ਇਹ ਰੈੱਡ ਅਲਰਟ ਆ 6 ਤੋਂ 10 ਇਹਦੇ ਵਿੱਚ ਖਾਸ ਕਰਕੇ ਜਿਹੜਾ ਮਾਸਕ ਦੇ ਚਲਾਨ ਕੀਤੇ ਜਾਣਗੇ, ਠੀਕ ਆ ਜੀ। ਜਿਹੜਾ ਕਰੋਨਾ ਦਾ ਫਿਰ ਦੁਬਾਰਾ ਜਿਹੜਾ ਲਹਿਰ ਚੱਲੀ ਆ ਉਹਦੇ ਕਰਕੇ ਜਿਹੜਾ ਅਫਸਰ ਬਾਲਾ ਵੱਲੋਂ ਮਾਨਯੋਗ ਸੀ ਪੀ ਸਾਹਿਬ ਵੱਲੋਂ ਜਿਹੜਾ ਹਦਾਇਤਾਂ ਹੋਈਆਂ ਵੀ ਮਾਸਕ ਦੇ ਵੱਧ ਤੋਂ ਵੱਧ ਚਲਾਨ ਕੀਤੇ ਜਾਣ। ਜਿਹੜੇ ਮਾਸਕ ਦੇ ਚਲਾਨ ਹੈ ਉਹ ਪੁਰਾਣੇ ਰੇਟਾਂ 'ਤੇ ਕੀਤੇ ਜਾ ਰਹੇ ਜਾਂ ਕੁਝ ਫੇਰ ਬਦਲ ਆਇਆ? ਨਹੀਂ ਨਹੀਂ, ਫੇਰ ਬਦਲ ਕੋਈ ਨਹੀਂ ਆ, ਜਿਹੜਾ ਉਹੀ ਮਾਸਕ ਦਾ ਪਹਿਲੇ ਚਲਾਨ ਜਿਸ ਤਰ੍ਹਾਂ ਹੁੰਦੇ ਸੀ ਉਹੀ ਕੀਤੇ ਜਾ ਰਹੇ ਉਹਦੇ। 1000 ਰੁਪਇਆ ਮਾਸਕ ਦਾ ਚਲਾਨ ਦਾ ਰੇਟ ਆ। ਅਗਰ ਕਿਸੇ ਨੇ ਨਹੀਂ ਪਹਿਨਿਆ ਤੇ ਉਹਨਾਂ ਦੇ ਚਲਾਨ ਕੱਟੇ ਜਾਣਗੇ? ਚਲਾਨ ਕੱਟੇ ਜਾਣਗੇ, ਕੋਰਟ ਦੇ ਚਲਾਨ ਜਾ ਰਿਹਾ। ਨਹੀਂ ਨਹੀਂ, ਚਲਾਨ ਕੱਟਣ ਦਾ ਆਰਡਰ ਹੋਇਆ ਚਲਾਨ ਜੀ, ਮਾਸਕ ਸਖਤੀ ਨਾਲੇ ਲਾਗੂ ਕਰਵਾਇਆ ਜਾਏਗਾ ਚਲਾਨ ਮਾਸਕ ਦਾ ਜਿਹੜਾ ਜੀ। ਲੋਕ ਅਵੇਅਰ ਨਹੀਂ ਨਾ, ਲੋਕ ਜਾਣ ਬੁੱਝ ਕੇ ਜਿਹੜੇ ਅਵੇਅਰ ਵੀ ਹੈਗੇ ਆ ਲੋਕ, ਲੇਕਿਨ ਇਹ ਜਾਣ ਬੁੱਝ ਕੇ ਤੁਹਾਨੂੰ ਪਤਾ ਕਈ ਤਾਂ ਹੈ ਇਹੋ ਜਿਹੇ ਹੈਗੇ, ਪਰ ਕਈ ਅਵੇਅਰ ਵੀ ਨਹੀਂ ਹੈਗੇ, ਉਹਨਾਂ ਨੂੰ ਅਸੀਂ ਅਵੇਅਰ ਕਰ ਰਹੇ ਨੇ ਕਰ ਰਹੇ ਹਾਂ। ਅਸੀਂ ਤਾਂ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਇਹ ਜਿਹੜੀ ਆ ਬਿਮਾਰੀ ਆ ਇਹਦੇ ਤੋਂ ਬਚਣਾ ਚਾਹੀਦਾ, ਆਪ ਵੀ ਬਚੋ ਅਤੇ ਦੂਸਰਿਆਂ ਨੂੰ ਵੀ ਜਿਹੜਾ ਉਹਨਾਂ ਦਾ ਵੀ ਸੁਰੱਖਿਆ ਵਾਸਤੇ ਵੇਖੋ, ਮਾਸਕ ਪਹਿਨੋ, ਮਾਸਕ ਪਹਿਨ ਕੇ ਸੋਸ਼ਲ ਡਿਸਟੈਂਸ ਰੱਖੋ, ਠੀਕ ਆ ਜੀ, ਅਤੇ ਵੱਧ ਤੋਂ ਵੱਧ ਮਾਸਕ ਦੀ ਵਰਤੋਂ ਕਰੋ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਦ ਟੀਵੀ NRI ਦੇ ਲਈ ਰਿਪੋਰਟ।